बैसाखी दिवस पर घर में श्री गुरु ननकाना साहिब के दर्शनों के लिए गई। पंजाब के जिला होशियारपुर के कस्बा गढ़ शंकर निवासी कौफोन आने के बाद घर में बैठे उनके परिजन को अब चिंता सताने लगी है। किरण बाला, जो कभी घर की बड़ी बहू के नाम से जानी जाती थी, अब पाकिस्तान स्थित अपना धर्म परिवर्तन पर किसी की बेगम के नाम जानी से जानी जाएगी। जबकि घर में बैठे ससुराल पक्ष इंतजार में है कि कब किरण बाला आए और अपने बच्चों के बीच आए व उनका सहारा बने। मेरी बहू सी किरण बाला जिहड़ी ननकाना साहिब गई अपने श्रोमणी गुरुद्वारा प्रबंधक कमेटी के विसाखी के जथे दे नाल, ते इत्थों उहनूं मैं छड्ड के आया। तो उहनां दे कोल जिहड़े इहनां दे इंचार्ज सी श्रोमणी गुरुद्वारा प्रबंधक कमेटी दे, उहनां दे कोल मैं उहनां नूं 10 तरीक नूं उहनां दे हैंडओवर करके आया कि तुसीं ਇਹਦੇ ਰਿਸਪੋਂਸੀਬਿਲਟੀ ਹੈਗੇ ਵੀ ਇਸ ਤਰ੍ਹਾਂ ਜਿਸ ਤਰ੍ਹਾਂ ਲੈ ਕੇ ਚੱਲੇ ਹਾਂ ਤਾਂ ਇਸੇ ਤਰ੍ਹਾਂ ਵਾਪਸ ਆ ਜਾਓ, ਵੀ ਇਕੱਲੀ ਆ ਵੀ ਹੋਰ ਕੋਈ ਪਰਿਵਾਰ ਦਾ ਮੈਂਬਰ ਨਹੀਂ। ਅਤੇ ਉਹ ਕਹਿੰਦੇ ਨਹੀਂ ਠੀਕ ਹੈ ਜੀ, ਬਿਲਕੁਲ ਸਾਡੀ ਰਿਸਪੋਂਸੀਬਿਲਟੀ ਹੈ। ਅਤੇ ਪਰਸੋਂ ਉਹਦਾ ਸਾਡੀ ਬਹੂ ਦਾ ਫੋਨ ਆਇਆ ਕਿ ਮੈਂ ਇੱਧਰ ਜਿਹੜਾ ਹੈਗਾ ਧਰਮ ਪਰਿਵਰਤਨ ਕਰ ਲਿਆ ਅਤੇ ਨਿਕਾਹ ਕਰ ਲਿਆ। ਅਤੇ ਮੈਂ ਕਿਹਾ ਵੀ ਇਹ ਮਖੌਲ ਹੀ ਆ, ਮੈਂ ਨਾ ਹਾਸਾ ਮਖੌਲ ਕਰ ਦਿਆ। ਅਤੇ ਅੱਜ ਮੈਨੂੰ ਜਿਹੜਾ ਹੈਗਾ BBC ਲੰਡਨ ਤੋਂ ਉਹਨਾਂ ਦੇ ਨਿਊਜ਼ ਚੈਨਲ ਵਾਲਿਆਂ ਦਾ ਉਹਨਾਂ ਦਾ ਫੋਨ ਆਇਆ ਕਿ ਇਸ ਤਰ੍ਹਾਂ ਤੁਹਾਡੀ ਕਿਰਨ ਬਾਲਾ, ਤੁਸੀਂ ਉਹਦੇ ਕੀ ਲੱਗਦੇ ਹੋ? ਮੈਂ ਕਿਹਾ ਜੀ ਮੈਂ ਉਹਦਾ ਸਹੁਰਾ ਪਿਤਾ ਹਾਂ। ਅਤੇ ਉਹਨਾਂ ਨੇ ਫਿਰ ਮੈਨੂੰ ਦੱਸਿਆ ਵੀ ਇਸ ਤਰ੍ਹਾਂ ਗੱਲਬਾਤ ਹੋ ਗਈ ਵੀ ਉਹਨਾਂ ਨੇ ਧਰਮ ਪਰਿਵਰਤਨ ਕਰ ਲਿਆ ਅਤੇ ਇੱਧਰ ਨਿਕਾਹ ਕਰ ਲਿਆ, ਤੁਸੀਂ ਕੀ ਚਾਹੁੰਦੇ ਹੋ? ਮੈਂ ਕਿਹਾ ਜੀ ਅਸੀਂ ਤਾਂ ਆਪਣੇ ਉਹਨੂੰ ਵਾਪਸ ਚਾਹੁੰਦੇ ਹਾਂ ਕਿ ਉਹਨੂੰ ਵਰਗ ਲਾ ਲਿਆ। ਇੱਥੋਂ ਤਾਂ ਉਹ ਆਪਣੇ ਨਨਕਾਣਾ ਸਾਹਿਬ ਨੂੰ ਗਏ ਆ, ਅਸੀਂ ਤਾਂ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਸੀਗੇ ਉਹਨਾਂ ਨੂੰ ਵੀ, ਜਿਹੜੇ ਉੱਥੇ ਦੇ ਇੰਚਾਰਜ ਸੀ, ਅਸੀਂ ਉਹਨਾਂ ਦੇ ਨਾਲ ਵੀ ਹੁਣ ਸੰਪਰਕ ਕਰਾਂਗੇ ਵੀ ਉਹ ਸਾਡੀ ਬਹੂ ਇੱਥੇ ਆਉਣੀ ਚਾਹੀਦੀ ਹੈ ਅਤੇ ਕਾਨੂੰਨੀ ਕਾਰਵਾਈ ਜੋ ਜਿੱਥੇ ਤੱਕ ਹੋ ਸਕਦੀ ਅਸੀਂ ਉਹ ਕਰਾਂਗੇ। ਕਿ ਮੇਰੇ 5:30 ਮੈਨੂੰ ਇਸ ਗੱਲ ਦੀ ਨਿਊਜ਼ ਮਿਲੀ ਹੈਗੀ ਜੀ। ਅਤੇ ਮੈਂ ਵੀ ਉੱਧਰ ਗਿਆ ਸੀ ਫਲੋਰ ਵੱਲਾਂ ਮੋਟਰਸਾਈਕਲ 'ਤੇ ਆਉਂਦੇ ਆਉਂਦੇ, ਤਾਂ ਫਿਰ ਮੈਂ ਉੱਥੋਂ ਉਹ ਤੋਂ ਬਾਅਦ ਮੇਰਾ ਇੱਧਰ ਨਿਤਨੇਮ ਦਾ ਟਾਈਮ ਹੋ ਗਿਆ ਅਤੇ ਇੱਧਰੋਂ ਨਿਤਨੇਮ ਤੋਂ ਵਿਹਲੇ ਹੋ ਕੇ ਹੁਣ ਸਵੇਰ ਨੂੰ ਗੱਲ ਕਰਾਂਗੇ ਜੀ। ਤੁਹਾਡਾ ਅੱਗੇ ਹੁਣ ਤੁਹਾਡੀ ਕੀ ਹੈ ਵੀ ਤੁਸੀਂ ਕਿਸ ਚੀਜ਼ ਨੂੰ ਅਪਰੋਚ ਕਰੋਗੇ? ਤੁਹਾਡਾ ਵਿਦੇਸ਼ ਮੰਤਰਾਲੇ ਨੂੰ ਅਪਰੋਚ ਕਰੋਗੇ ਜਾਂ ਸ਼੍ਰੋਮਣੀ ਕਮੇਟੀ? ਅਸੀਂ ਵਿਦੇਸ਼ ਮੰਤਰਾਲੇ ਨੂੰ ਵੀ ਮੈਂ ਅਪਰੋਚ ਕਰੂੰਗਾ ਜੀ। ਇੱਧਰ ਆਪਣੇ ਜਿਹੜੇ ਸਾਡੇ ਇੱਥੇ ਮੁੱਖ ਮੰਤਰੀ ਸਾਹਿਬ ਹੈਗੇ ਆ ਉਹਨਾਂ ਨੂੰ ਅਤੇ ਹੋਰ ਜਿਹੜੇ ਸਾਡੇ ਇਲਾਕਾ ਦੇ ਵਿਧਾਇਕ ਹੈਗੇ ਆ ਉਹਨਾਂ ਦੇ ਨਾਲ ਅਤੇ ਸੈਂਟਰ ਗੌਰਮੈਂਟ ਨੂੰ PM ਸਾਹਿਬ ਨੂੰ ਵੀ ਇਹ ਰਿਕੁਐਸਟ ਕਰਾਂਗੇ ਕਿ ਸਾਡੇ ਉਸ ਬਹੂ ਨੂੰ ਵਰਗ ਲਾ ਲਿਆ ਗਿਆ ਹੈ ਕਿ ਮੈਨੂੰ ਤਾਂ ਇਹ ਸ਼ੱਕ ਪੈਂਦੀ ਹੈ ਕਿ ਉਹ ਮਤਲਬ ISIS ਦੇ ਹੱਥੋਂ ਚੜ੍ਹ ਗਈ। ਸਿੱਖ ਗੁਰਦੁਆਰਾ ਪਰ ਉਹ ਜੱਥਾ ਹੁਣ ਆ ਚੁੱਕਾ ਹੈਗਾ? ਨਹੀਂ ਅਜੇ, ਉਹਨੇ 20 ਤਰੀਕ ਤੱਕ ਉਹਨਾਂ ਦਾ ਉੱਧਰ ਹੈ ਜੀ, 21 ਤਰੀਕ ਨੂੰ ਵਾਪਸ ਆਉਣਾ। ਤੇ ਤੁਹਾਨੂੰ ਜਿਹੜੇ ਜੱਥੇ ਦੇ ਜਿੰਨੇ ਬੰਦੇ ਗਏ ਉਹਨਾਂ ਦੇ ਵਿੱਚੋਂ ਕਿਸੇ ਦਾ ਵੀ ਫੋਨ ਹਾਲੇ ਤੱਕ ਨਹੀਂ ਆਇਆ? ਫੋਨ ਅਜੇ ਹੋਰ ਕਿਸੇ ਦਾ ਨਹੀਂ ਆਇਆ, ਸਿਰਫ ਬਹੂ ਨੇ ਫੋਨ? ਸਿਰਫ ਬਹੂ ਨੇ ਕੀਤਾ। ਪਾਸਪੋਰਟ ਉਹਨਾਂ ਦਾ ਬਣਵਾਇਆ ਸੀ, ਪਾਸਪੋਰਟ ਵੀ ਮੈਂ ਹੀ ਬਣਵਾ ਕੇ ਦਿੱਤਾ ਸੀ। ਤੁਸੀਂ ਖੁਦ ਛੱਡ ਕੇ ਆਏ ਸੀ ਨਨਕਾਣਾ ਸਾਹਿਬ? ਛੱਡ, ਮੈਂ ਖੁਦ ਉੱਥੇ ਮਤਲਬ ਅੰਮ੍ਰਿਤਸਰ ਛੱਡ ਕੇ ਆਇਆ ਸੀ। ਅੰਮ੍ਰਿਤਸਰ ਛੱਡ ਗਿਆ ਸੀ, ਟ੍ਰੇਨ ਛੱਡ ਗਿਆ ਸੀ, ਕਿੱਥੇ ਛੱਡ ਕੇ ਆਇਆ ਸੀ? ਨਹੀਂ ਅੰਮ੍ਰਿਤਸਰ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ। ਇਹ ਵੀ ਹੋ ਸਕਦਾ ਕਿ ਹੋ ਸਕਦਾ ਤੁਹਾਡੀ ਨੂੰਹ ਉੱਥੇ ਗਈ ਨਾ ਹੋਵੇ? ਨਹੀਂ ਗਈ ਜੀ, ਉੱਥੇ ਗਈ ਆ। ਉਹਦਾ 11 ਤਰੀਕ ਨੂੰ ਉਹਨਾਂ ਨੂੰ ਪਾਸਪੋਰਟ ਮਿਲਣੇ ਸੀ ਅਤੇ 12 ਤਰੀਕ ਨੂੰ ਜੱਥੇ ਦੀ ਰਵਾਨਗੀ ਸੀ। ਉਹ ਤੋਂ ਬਾਅਦ ਫਿਰ ਮੈਨੂੰ ਫੋਨ ਆਉਂਦੇ ਰਹੇ ਆ 12 ਤਰੀਕ ਨੂੰ ਵੀ ਅਸੀਂ ਹੁਣ ਉੱਥੇ ਅਟਾਰੀ ਆ ਗਏ ਹਾਂ, ਅਟਾਰੀ ਹੁਣ ਅਸੀਂ ਨਨਕਾਣਾ ਸਾਹਿਬ ਨੂੰ ਚੱਲੇ ਉਡੀਕ ਕਰਦੇ ਹਾਂ। ਉਹ ਤੋਂ ਬਾਅਦ ਫਿਰ ਫੋਨ ਆਇਆ ਵੀ ਅਸੀਂ ਇੱਥੋਂ ਚੱਲ ਪਏ ਹਾਂ, ਹੁਣ ਨਨਕਾਣਾ ਸਾਹਿਬ ਪਹੁੰਚ ਗਏ ਹਾਂ। ਦੇਸ਼ ਵਿਦੇਸ਼ TV ਕੇ ਲਈ ਹੁਸ਼ਿਆਰਪੁਰ ਸੇ ਜਸਪ੍ਰੀਤ ਸੈਣੀ ਕੀ ਵਿਸ਼ੇਸ਼ ਰਿਪੋਰਟ। ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਦੇਸ਼ ਵਿਦੇਸ਼ TV ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਕੀਤਾ ਜਾਵੇ।